ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਮੇਰਾ ਨਾਮ ਪਲਵਿੰਦਰ ਕੌਰ ਆ ਅਤੇ ਮੇਰੇ ਪਤੀ ਕਮਲਜੀਤ ਸਿੰਘ ਫੌਜੀ 16 ਸਾਲ ਦੇਸ਼ ਦੀ ਸੇਵਾ ਕਰਕੇ ਫੌਜ ਵਿੱਚੋਂ ਰਿਟਾਇਰ ਹੋ ਕੇ ਘਰ ਆਏ ਹਨ। ਲਾਗੇ ਗੁਆਂਢੀ ਸੁਰਜੀਤ ਸਿੰਘ ਅਤੇ ਇਹਨਾਂ ਦਾ ਪਰਿਵਾਰ ਪੁਰਾਣੀ ਰੰਜਿਸ਼ ਵੋਟਾਂ ਨਹੀਂ ਪਾਈਆਂ ਉਹਦੀ ਰੰਜਿਸ਼ ਰੱਖਦੇ ਹੋਏ ਸਾਡੇ 'ਤੇ ਪਰਚੇ ਝੂਠੇ ਪਰਚੇ ਦਰਜ ਕੀਤੇ ਹਨ। ਅਸੀਂ ਅੱਜ ਤੱਕ ਸਾਲ ਹੋ ਗਿਆ ਅਸੀਂ ਦਰਖਾਸਤਾਂ ਦੇ ਚੁੱਕੇ ਹਾਂ ਥਾਣਾ ਬੈਰੋਵਾਲ ਅਤੇ ਤਰਨ ਤਾਰਨ ਐਸ ਐਸ ਪੀ ਦੇ ਹਰ ਕਿਤੇ ਦਰਖਾਸਤਾਂ ਦੇ ਚੁੱਕੇ ਹਾਂ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਗੀ। ਅਤੇ ਲੜਾਈ ਹੋਣ ਤੋਂ 20 ਤਰੀਕ ਨੂੰ ਵੀ ਅਸੀਂ ਦਰਖਾਸਤਾਂ ਦੇ ਕੇ ਆਏ ਹਾਂ ਵੀ ਸਾਡਾ ਰਸਤੇ ਤਾਰਾ ਤਿਆਰਾਂ ਨਾਲ ਰਸਤਾ ਰੋਕਦੇ ਹਨ। ਸਾਡੇ ਕੈਮਰਿਆਂ ਵਿੱਚ ਕੈਦ ਹੈਗੇ ਕਿਉਂਕਿ ਕੈਮਰੇ CCTV ਕੈਮਰੇ ਘਰ ਲੱਗੇ ਹੋਏ ਨੇ ਉਹਦੇ ਵਿੱਚ ਵੀ ਵਿਰੋਧੀ ਧਿਰ ਕੈਦ ਹੋ ਚੁੱਕੇ ਹਨ। ਅਤੇ 24 ਤਰੀਕ ਨੂੰ ਜਦੋਂ ਘਰ ਦਾ ਐਸ ਐਸ ਪੀ ਦੇ ਦਰਖਾਸਤ ਦੇ ਕੇ ਆਏ ਅਤੇ ਉਹਨਾਂ ਨੂੰ ਦੱਸਿਆ ਵੀ ਸਾਡਾ ਰਸਤਾ ਰੋਕ ਦਿਆ, ਉਹਨਾਂ ਨੇ ਆਪਣਾ ਪਰਸਨਲੀ ਨੰਬਰ ਦਿੱਤਾ ਅਤੇ 24 ਤਰੀਕ ਨੂੰ ਦਰਖਾਸਤ ਦੇ ਕੇ ਘਰ ਵਾਪਸ ਆਏ ਅਤੇ ਘਰ ਦਾ ਘਰੇਲੂ ਸਮਾਨ ਲੈਣ ਵਾਸਤੇ ਇਹ ਬਾਜ਼ਾਰ ਮੇਨ ਨਾਲੇ ਦਾੜੀ ਕਟਾਉਣ ਵਾਸਤੇ ਗਏ ਅਤੇ ਇਹਨਾਂ ਨੇ ਰਸਤੇ ਵਿੱਚ ਅਤੇ ਤਾਰਾ ਹਥਿਆਰਾਂ ਨਾਲ ਦਾਤਰ ਕਿਰਪਾਨਾਂ ਨਾਲ ਕਈ ਸੱਟਾਂ ਲਾਈਆਂ, ਸਿਰ 'ਤੇ ਸੱਟਾਂ ਲਾਈਆਂ ਅਤੇ ਜ਼ਖਮੀ ਹਾਲਤ ਵਿੱਚ ਅਸੀਂ ਉਹਨਾਂ ਨੂੰ ਚੁੱਕ ਕੇ ਘਰੇ ਲਿਆਂਦਾ ਅਤੇ ਥਾਣਾ ਬੈਰੋਵਾਲ ਖੁਦ ਮੌਕੇ 'ਤੇ ਵੇਖ ਕੇ ਰਣਜੀਤ ਸਿੰਘ ASI ਰਣਜੀਤ ਸਿੰਘ ਘਰ ਆ ਕੇ ਸਭ ਕੁਝ ਵੇਖ ਕੇ ਗਿਆ ਪਰ ਕੋਈ ਵੀ ਕਾਰਵਾਈ ਨਹੀਂ ਹੋਈ। ਸਾਡਾ ਅੱਜ ਮਹੀਨਾ ਹੋ ਗਿਆ, ਸਾਡਾ ਕੋਈ ਪਰਚਾ ਦਰਜ ਨਹੀਂ ਹੋਇਆ। ਉਹਨਾਂ ਦਾ ਪਰਚਾ ਦਰਜ ਹੋ ਕੇ ਸਾਡੇ ਉੱਤੇ ਕੇਸ ਕਰ ਦਿੱਤਾ, ਝੂਠਾ ਕੇਸ ਕਰ ਦਿੱਤਾ ਪਰ ਸਾਡਾ ਪਰਚਾ ਅਜੇ ਤੱਕ ਦਰਜ ਨਹੀਂ ਹੋਇਆ। ਮੈਂ ਪੰਜਾਬ ਸਰਕਾਰ ਅਤੇ ਸਰਕਾਰ ਤੋਂ ਅਪੀਲ ਕਰਦੀ ਹਾਂ ਕਿ ਸਾਡਾ ਪਰਚਾ ਦਰਜ ਕੀਤਾ ਜਾਵੇ ਅਤੇ ਵਿਰੋਧੀ ਧਿਰਾਂ ਦਾ ਝੂਠਾ ਪਰਚਾ ਰੱਦ ਕੀਤਾ ਜਾਵੇ। ASI ਰਣਜੀਤ ਸਿੰਘ ਜੀ ਕੋਲ ਜਦੋਂ ਵੀ ਕੋਈ ਜਾਂਦਾ ਵਾ ਜਾਂ ਅਸੀਂ ਫੋਨ ਕਰਦੇ ਹਾਂ ਵੀ ਇਹਨਾਂ ਦਾ ਪਰਚਾ ਦਰਜ ਕਰ ਲਓ ਪਰ ਉਹ ਸਾਡੀ ਗੱਲ ਨਹੀਂ ਸੁਣਦਾ ਅਤੇ ਅੱਗੋਂ ਇਹ ਕਹਿੰਦਾ ਵਾ ਵੀ ਇਹਨਾਂ ਦੇ ਚਾਚੇ ਤਾਏ ਆ, ਇਹਨਾਂ ਦਾ ਉਲਝਿਆ ਤਾਣਾ ਹੈ। ਜੇ ਪੁਲਿਸ ਹੀ ਆਪਣੀ ਚੰਗੀ ਤਰ੍ਹਾਂ ਕਰੇ ਤਾਂ ਸਾਨੂੰ ਦਰ ਦਾ ਧੱਕੇ ਖਾਣ ਦੀ ਲੋੜ ਨਹੀਂ ਆ। ਮੇਰਾ ਪੁੱਤਰ 16.5 ਸਾਲ ਸਰਵਿਸ ਕਰਕੇ 1 ਮਈ 2017 ਨੂੰ ਰਿਟਾਇਰਮੈਂਟ ਆਇਆ ਦੇਸ਼ ਦੀ ਸੇਵਾ ਕਰਨ ਦਾ। ਮੈਂ ਖੁਦ 39 ਸਾਲ 40 ਦਿਨ BSF ਦੇ ਇੰਸਪੈਕਟਰ ਦੇ ਤੌਰ 'ਤੇ ਮੈਂ ਰਿਟਾਇਰ ਹੋਇਆ। ਦੇਸ਼ ਦੀ ਸੇਵਾ ਕਰਨ ਵਾਲਿਆਂ ਦਾ ਇੱਥੇ ਵਿਰੋਧੀ ਇਹ ਮੁੱਲ ਪਾ ਰਹੀ ਆ ਕਿ ਉਲਟੇ ਝੂਠੇ ਪਰਚੇ ਦਰਜ ਕਰਾ ਕੇ ਵੋਟਾਂ ਦੀ ਰੰਜਿਸ਼ ਕਰ ਰਹੀ ਅਤੇ ਤੰਗ ਪਰੇਸ਼ਾਨ ਕਰ ਰਹੀ ਆ। ਥਾਣਾ ਬੈਰੋਵਾਲ ਦੀ ਪੁਲਿਸ ਵੀ ਸਾਡੇ ਦਰਖਾਸਤ 'ਤੇ ਕੋਈ ਅਮਲ ਨਹੀਂ ਕਰ ਰਹੀ ਅਤੇ ਗਾੜੀਆਂ ਰਣਜੀਤ ਸਿੰਘ ਜੋਰ ਲਾ ਲਓ ਦਰਖਾਸਤ ਮੇਰੇ ਕੋਈ ਆਉਣੀ, ਮੈਂ ਕੋਈ ਕਾਰਵਾਈ ਨਹੀਂ ਕਰ। ਕੋਈ ਮੰਗ ਕਰਦੇ ਹਾਂ ਕਿ ਸਾਬਕਾ ਫੌਜੀਆਂ ਦਾ ਅਤੇ ਦੇਸ਼ ਦੇ ਸੇਵਾਦਾਰਾਂ ਦਾ ਜਿਹੜੇ ਸੱਚੇ ਦਿਲ ਨਾਲ ਸੇਵਾ ਕਰਦੇ ਆ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ
ਕੋਈ ਨਾ ਕੋਈ ਇਹਨਾਂ 'ਤੇ ਵਿਚਾਰ ਹੋਣਾ ਚਾਹੀਦਾ ਵੀ ਕਿ ਇਹੋ ਜਿਹੇ ਇਮਾਨਦਾਰ ਆਦਮੀ ਇੱਥੇ ਆ ਕੇ ਸਿਵਲ ਦੀ ਪੂਰੀ ਜਿਹੜੀ ਇੱਥੇ ਸ਼ਿਕਾਇਤ ਨਹੀਂ ਕਰਨਗੇ, ਉਹ ਸਿਰਫ ਸੱਚ ਬੋਲਣਾ ਹੀ ਜਾਣਦਾ। ਸੱਚ ਦੀ ਕਦਰ ਇਹ ਪੈ ਰਹੀ ਹੈ, ਮਿਤੀ 24/3/19 ਨੂੰ, ਮਿਤੀ 24/3/19 ਦਿਨ ਐਤਵਾਰ ਨੂੰ ਸ਼ਾਮ ਨੂੰ ਅੰਧੇਰਾ ਨਹੀਂ, ਸਾਡੇ ਉੱਤੇ ਇੱਟਾਂ ਵਾਲੇ ਡਰੂੜੇ ਚੱਲਣੇ ਸ਼ੁਰੂ ਹੋ ਗਏ। ਮੈਂ 9780003598 ਨੰਬਰ 'ਤੇ ਇਸ ਅਵਤਾਰ ਸਿੰਘ ਨੂੰ ਰਿਕੁਐਸਟ ਕੀਤੀ ਕਿ ਆਓ ਅਤੇ ਸਾਨੂੰ ਬਚਾਓ, ਸਾਡੇ ਉੱਤੇ ਬਹੁਤ ਜ਼ਿਆਦਾ ਜ਼ਬਰਦਸਤ ਮੈਂ ਤੁਹਾਡਾ ਚੱਲ ਰਿਹਾ, ਕੋਈ ਨਾ ਕੋਈ ਨੁਕਸਾਨ ਹੋਊਗਾ, ਅਸੀਂ ਲੋਕ ਬੈਠੇ ਹਾਂ। ਗਾੜੀਆਂ ਐਸ ਆਈ ਅਵਤਾਰ ਸਿੰਘ ਵੀ ਵਰਤਣਗੇ ਜੀ, ਕਹਿੰਦਾ ਲੜੋ ਅਤੇ ਮਰੋ, ਮੈਂ ਕੋਈ ਤੁਹਾਡਾ ਜ਼ਿੰਮੇਵਾਰ ਨਹੀਂ। ਫਿਰ ਵੀ ਜਦੋਂ ਆਇਆ ਇਹਦੇ ਨਾਲ ਇਹਨਾਂ ਦੇ ਵਿਰੋਧੀ ਧਿਰ ਦੇ ਕੁਛ ਸੈਨੀਆਂ ਚਲਾਈਆਂ, ਨਾਲ ਇੱਕ ਬੰਦਾ ਸੁਖਵਿੰਦਰ ਸਿੰਘ, ਸਪੁੱਤਰ ਕਿਰਨ ਸੁਰਜੀਤ ਸਿੰਘ ਅਤੇ ਸੁਰਜੀਤ ਸੁਖਵਿੰਦਰ ਸਿੰਘ ਦੇ ਘਰ ਵਾਲੀ ਨਰਿੰਦਰ ਕੌਰ ਅਤੇ ਸਰੂਪ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਉਹਦੇ ਘਰ ਵਾਲੀ ਅਤੇ ਐਸ ਆਈ ਅਵਤਾਰ ਸਿੰਘ ਨੇ ਮੈਨੂੰ ਧੱਕੇ ਮਾਰੇ, ਜਿਹਦੇ ਕਾਰਨ ਮੈਂ ਜ਼ਮੀਨ 'ਤੇ ਡਿੱਗ ਪਿਆ ਅਤੇ ਅੱਜ ਮੇਰੀ ਇਹ ਕੰਡੀਸ਼ਨ ਹੈ ਕਿ ਮੈਨੂੰ ਸਰਵਾਈਕਲ ਦਾ ਚੱਕਰ ਪੈ ਗਿਆ, ਮੇਰੀ ਨਸਾਂ ਬਰਸ਼ ਹੋ ਗਈਆਂ, ਮਣ ਕੇ ਹਿੱਲ ਗਈ, ਡਿਸਕ ਹਿੱਲ ਗਈ ਅਤੇ ਮੈਂ ਮੰਜੇ ਤੋਂ ਰਣਜੀਤ ਸਿੰਘ ਇਸੇ ਥਾਣਾ ਵੇਰਵਾਲ ਮੈਂ ਲੱਗਾ ਹੋਇਆ। ਹਾਂਜੀ, ਇਹ ਕਵਲਜੀਤ ਸਿੰਘ ਫੌਜੀ ਅਤੇ ਹਰਪਾਲ ਸਿੰਘ ਸਾਨੂੰ ਹਰਜੀਤ ਸਿੰਘ ਪਿੰਡ ਨਾਗੋਕੇ, ਇਹਨਾਂ ਦਾ ਆਪਸ ਵਿੱਚ ਮਿਤੀ 24/7/19 ਨੂੰ ਝਗੜਾ ਹੋਇਆ ਸੀਗਾ ਜੀ। ਇਹਦੇ ਸੰਬੰਧ ਵਿੱਚ ਹਰਪਾਲ ਸਿੰਘ ਮਦਈ ਪਾਰਟੀ ਵੱਲੋਂ ਕਵਲਜੀਤ ਸਿੰਘ ਫੌਜੀ ਵਗੈਰਾ ਦੇ ਖਿਲਾਫ ਜਿਹੜਾ ਵਾ 326/323/506/549 ਦਾ ਪਰਚਾ ਆਲਰੇਡੀ ਦਰਜ ਹੋ ਚੁੱਕਾ ਜੀ, ਅਤੇ ਇੱਕ MLR ਜਿਹੜੀ ਆ ਉਹ ਕਵਲਜੀਤ ਸਿੰਘ ਫੌਜੀ ਵੱਲੋਂ ਵੀ ਸਾਨੂੰ ਵਸੂਲ ਹੋਈ ਸੀ, ਜਿਸ ਵਿੱਚ 323 ਦਾ ਨਤੀਜਾ ਆਇਆ ਸੀਗਾ ਜੀ, ਉਹਦੀ ਰਿਪਟ ਦਰਜ ਮਿਤੀ ਨੂੰ ਹੋ ਚੁੱਕੀ ਹੈ ਜੀ। ਅਤੇ ਅਗਲੇ ਜਿਹੜੀ ਆ ਐਕਸਰੇ ਰਿਪੋਰਟ ਜਿਹੜੀ ਉਹਨਾਂ ਨੇ ਸਾਨੂੰ ਵਸੂਲ ਹੋ ਚੁੱਕੀ ਹੈ, ਅਤੇ ਜਦੋਂ ਵੀ ਕੋਈ ਆਣ ਕੇ ਸਾਨੂੰ ਬਿਆਨ ਲਿਖਾਉਂਦੇ ਆ ਜੀ, ਅਤੇ ਉਹਦੀ ਅਗਲੀ ਜਿਹੜੀ ਕਾਰਵਾਈ ਆ ਮੁਕੱਦਮਾ ਕ੍ਰੋਸ ਕਰਨ ਦੀ ਉਹ ਜਲਦੀ ਤੋਂ ਜਲਦੀ ਅਮਲ ਵਿੱਚ ਲਿਆਂਦੀ ਜਾਵੇ। ਬਿਲਕੁਲ ਜੀ, ਜੋ ਜੋ ਸਾਡੇ ਕੋਲ MLR ਵਗੈਰਾ ਡਿਊਟੀ ਨਤੀਜੇ ਜੋ ਵੀ ਆਏ ਆ ਉਹਦੇ ਮੁਤਾਬਕ ਜਿਹੜੀ ਕਾਰਵਾਈ ਅਸੀਂ ਬਿਲਕੁਲ ਅਮਲ ਵਿੱਚ ਲਿਆਂਦੀ ਹੈ। Please subscribe our channel for more updates. You can follow us Twitter and Facebook.